ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ ਨੇ। ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਲੋਕ ਵੱਖ-ਵੱਖ ਤਰੀਕਿਆਂ ਨਾਲ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ, ਮੁਬਾਰਕਾਂ ਦੇ ਰਹੇ ਨੇ ਕਿ ਬਹੁਤ ਵਧੀਆ ਪਰਮਾਤਮਾ ਨੇ ਕੀਤਾ ਹੈ। ਬਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਵੀ ਇੱਕ ਪੋਸਟ ਸਾਂਝੀ ਕਰਕੇ ਇਹ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਸਾਨੂੰ ਪਰਮਾਤਮਾ ਨੇ ਸ਼ੁਭਦੀਪ ਦਾ ਇੱਕ ਛੋਟਾ ਵੀਰ ਦਿੱਤਾ ਹੈ, ਪੁੱਤਰ ਦੀ ਦਾਤ ਬਖਸ਼ੀ ਹੈ ਪਰਮਾਤਮਾ ਨੇ। ਅਤੇ ਲੋਕ ਹੈ, ਲੋਕ ਕੀ ਵੱਖ-ਵੱਖ ਲੀਡਰ, ਵੱਡੇ ਵੱਡੇ ਲੀਡਰ ਵੀ ਉਹਨਾਂ ਨੂੰ ਮੁਬਾਰਕਾਂ ਦੇ ਰਹੇ ਨੇ। ਉਹਨਾਂ ਦੇ ਸੰਗੀ ਸਾਥੀ ਜਿਹੜੇ ਨੇ, ਰਿਸ਼ਤੇਦਾਰ ਨੇ, ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਹੈ। ਫਿਲਹਾਲ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਸਮੇਂ ਵਾਇਰਲ ਹੋ ਰਹੀ ਹੈ, ਜੋ ਅੰਦਰਲੀ ਵੀਡੀਓ ਦੱਸੀ ਜਾ ਰਹੀ ਹੈ, ਜਿਸ ਵਿੱਚ ਉਹਨਾਂ ਦੇ ਪਿਤਾ ਬਲਕੌਰ ਸਿੰਘ ਅਤੇ ਉੱਥੇ ਬੱਚਾ ਲੈ ਕੇ ਇੱਕ ਲੇਡੀਜ਼ ਬੈਠੀ ਹੈ। ਤੁਹਾਨੂੰ ਵੀਡੀਓ ਦਿਖਾ ਦਿੰਦੇ ਹਾਂ, ਵੀਡੀਓ 'ਤੇ ਦੇਖੋ ਤੁਸੀਂ ਵੀ ਇਹ ਵੀਡੀਓ, ਅਤੇ ਦਿਓ ਕਮੈਂਟ ਬੋਕਸ ਵਿੱਚ ਉਹਨਾਂ ਨੂੰ ਮੁਬਾਰਕ।